ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਜੀ। ਸਵਾਗਤ ਕਰਦਾ ਜੀ ਤੁਹਾਡਾ ਮੈਂ ਆਪਦੇ ਚੈਨਲ ਦੇ ਉੱਤੇ। ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਦੇ ਮੈਡੀਕਲ ਪ੍ਰੋਸੈਸ ਬਾਰੇ। ਸਭ ਤੋਂ ਪਹਿਲਾਂ ਜੀ ਆਪਾਂ ਗੱਲ ਕਿ ਮੈਡੀਕਲ ਬੁੱਕ ਕਿਵੇਂ ਕਰਵਾਉਣਾ। ਮੈਡੀਕਲ ਬੁੱਕ ਕਰਵਾਉਣ ਦੇ ਦੋ ਆਪਸ਼ਨਸ ਆ, ਜਾਂ ਤਾਂ ਔਨਲਾਈਨ ਜਾਂ ਆਫਲਾਈਨ। ਔਨਲਾਈਨ ਜਿਵੇਂ ਕਿ ਹੋਸਪਿਟਲ ਦੀ ਵੈਬਸਾਈਟ 'ਤੇ ਜਾ ਕੇ ਉੱਥੇ ਜਾ ਕੇ ਅਪਾਇੰਟਮੈਂਟ ਬੁੱਕ ਕਰਵਾ ਲੈਣ, ਵੀਜ਼ਾ ਮੈਡੀਕਲ ਅਪਾਇੰਟਮੈਂਟ, ਠੀਕ ਹੈ ਜੀ। ਅਤੇ ਜਾਂ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਕਿਹਦੇ ਕੋਲ ਅਸੀਂ ਜਾ ਕੇ ਮੈਡੀਕਲ ਕਰਵਾਉਣਾ, ਤਾਂ ਤੁਸੀਂ cic.gc.ca ਦੀ ਵੈਬਸਾਈਟ 'ਤੇ ਜਾ ਕੇ, ਇਹ ਅਫੀਸ਼ੀਅਲ ਵੈਬਸਾਈਟ ਹੈ ਕੈਨੇਡਾ ਦੀ, ਉੱਥੇ ਜਾ ਕੇ ਆਪਣਾ ਪੈਨਲ ਫਿਜ਼ੀਸ਼ੀਅਨ ਲੱਭ ਸਕਦੇ ਹੋ। ਪੈਨਲ ਫਿਜ਼ੀਸ਼ੀਅਨ ਜਿਹੜਾ ਵੀ ਤੁਹਾਨੂੰ ਕਨਵੀਨੀਅੰਟ ਹੋਵੇ, ਜਿਹੜਾ ਤੁਹਾਡੇ ਸ਼ਹਿਰ ਦੇ ਨੇੜੇ ਹੋਵੇ, ਉੱਥੇ ਜਾ ਕੇ ਤੁਸੀਂ ਆਪਣਾ ਮੈਡੀਕਲ ਕਰਵਾ ਸਕਦੇ ਹਾਂ। ਉੱਥੇ ਨੰਬਰ ਸਾਰੀ ਦਿੱਤਾ ਹੁੰਦਾ, ਡਿਟੇਲ ਸਾਰੀ ਦਿੱਤੀ ਹੁੰਦੀ ਹੈ ਉਹਨਾਂ ਦੀ, ਅਤੇ ਉੱਥੇ ਮੈਡੀਕਲ ਬੁੱਕ ਹੋ ਜਾਂਦਾ। ਨਹੀਂ ਤਾਂ ਤੁਹਾਨੂੰ ਤੁਹਾਡਾ ਏਜੰਟ ਜਿੱਥੇ ਤੁਸੀਂ ਫਾਈਲ ਲਗਾਈ ਆ, ਉਹ ਤੁਹਾਨੂੰ ਦੱਸ ਹੀ ਦੇਣਾ ਉਹਨੇ ਵੀ ਕਿਹਤੋਂ ਕਰਵਾਓ ਜਾ। ਨਹੀਂ ਆਪਾਂ ਗੱਲ ਕਰ ਲੈਂਦੇ ਹਾਂ ਡਾਕੂਮੈਂਟਸ ਦੀ। ਡਾਕੂਮੈਂਟਸ ਆਪਾਂ ਕਿਹੜੇ ਕਿਹੜੇ ਲੈ ਕੇ ਜਾਣੇ ਆ ਉੱਥੇ? ਡਾਕੂਮੈਂਟਸ 'ਚ ਹੁੰਦਾ ਜੀ ਆਫਰ ਲੈਟਰ, ਪਾਸਪੋਰਟ, ਤੁਹਾਡਾ ਓਰੀਜਨਲ ਆਪਣਾ ਪਾਸਪੋਰਟ ਦੀਆਂ ਦੋ ਫੋਟੋ ਕਾਪੀਸ, ਆਪਣਾ ਆਧਾਰ ਕਾਰਡ ਲੈ ਜਾਓ, ਪੈਨ ਕਾਰਡ ਲੈ ਜਾਓ, ਕੋਈ ਵੀ ਦੂਜੀ ID 'ਚ ਲੈ ਕੇ ਜਾਓ ਆਪਦੀ, ਜਿਹੜੀ ਵੀ ਅਸੈਪਟੇਬਲ ਹੋਵੇ ਉੱਥੇ। ਅਤੇ ਮੈਂ ਲੈ ਕੇ ਗਿਆ ਸੀ ਜੀ ਆਧਾਰ ਕਾਰਡ ਆਪਦਾ ਅਤੇ ਉਹਦੀਆਂ ਦੋ ਫੋਟੋ ਕਾਪੀਸ। ਕਈ ਵਾਰੀ ਕੀ ਹੁੰਦਾ ਕਿ ਉਹ ਉੱਥੇ ਫੋਟੋਜ਼ ਵੀ ਮੰਗ ਲੈਂਦੇ ਆ, ਫੋਟੋਗ੍ਰਾਫਸ, ਤਾਂ ਦੋ ਤਿੰਨ ਫੋਟੋਗ੍ਰਾਫਸ ਉੱਥੇ ਲੈ ਕੇ ਜਾਇਓ ਨਾਲ, ਪਾਸਪੋਰਟ ਸਾਈਜ਼ ਡਾਕੂਮੈਂਟਸ ਦੇ ਨਾਲ ਨਾਲ। ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਵੀ ਤੁਹਾਡੇ ਸਾਰੀ ਡਾਕੂਮੈਂਟਸ ਹੁੰਦੇ ਆ, ਜਿਵੇਂ ਫਾਈਲ, ਸਾਰੀ ਫਾਈਲ ਤਿਆਰ ਕਰਕੇ ਰੱਖੋ ਜਿੱਥੇ ਤੁਹਾਡੇ ਸਾਰੇ ਡਾਕੂਮੈਂਟ ਤੁਹਾਡੇ ਨਾਲ ਰਿਲੇਟਡ ਹੋਣ, ਅਤੇ ਉਹ ਫਾਈਲ ਨੂੰ ਹਰੇਕ ਥਾਂ 'ਤੇ ਲੈ ਕੇ ਜਾਓ ਜਿੱਥੇ ਵੀ ਤੁਹਾਡਾ ਵੀਜ਼ਾ ਦਾ ਪ੍ਰੋਸੈਸ ਆ, ਜਾਂ ਤਾਂ ਕੋਈ ਹੋਰ ਕੋਈ ਪ੍ਰੋਸੈਸ ਆ ਜਿਵੇਂ ਵੀਜ਼ੇ ਦੇ ਨਾਲ ਰਿਲੇਟਡ, ਠੀਕ ਹੈ ਜੀ। ਉਹ ਤਾਂ ਜੋ ਆਸਾਨੀ ਹੋ ਜਾਂਦੀ ਹੈ ਬੰਦੇ ਨੂੰ, ਕਿ ਕਈ ਵਾਰੀ ਬੰਦਾ ਭੁੱਲ ਜਾਂਦਾ ਕੋਈ ਚੀਜ਼, ਫਿਰ ਉੱਥੇ ਜਾ ਕੇ ਉਹਨੂੰ ਪਛਤਾਉਣਾ ਪੈਂਦਾ ਕਿ ਮੈਂ ਲੈ ਆ ਕਿਉਂ ਨਹੀਂ। ਸੋ ਪਹਿਲਾਂ ਹੀ ਆਪਾਂ ਤਿਆਰ ਰਹੀਏ ਤਾਂ ਜੋ ਆਪਣਾ ਕੋਈ ਕੰਮ ਡਿਲੇ ਨਾ ਹੋਵੇ। ਸੋ ਹੁਣ ਗੱਲ ਕਰਦੇ ਹਾਂ ਜੀ ਮੇਰੇ ਐਕਸਪੀਰੀਅੰਸ ਬਾਰੇ, ਮੇਰਾ ਐਕਸਪੀਰੀਅੰਸ ਉੱਥੇ ਕਿਹੋ ਜਿਹਾ ਹੋਇਆ। ਮੇਰਾ ਮੈਡੀਕਲ ਸੀ ਜੀ SPS ਹੋਸਪਿਟਲ ਲੁਧਿਆਣਾ ਦੇ ਵਿੱਚ, ਅਤੇ 14 ਅਕਤੂਬਰ ਡੇਟ ਸੀ, 9 ਤੋਂ 9:30 ਵਜੇ। ਸਭ ਤੋਂ ਪਹਿਲਾਂ ਜਾਣਾ ਹੁੰਦਾ ਜੀ PHC, ਉੱਥੇ ਜਾ ਕੇ ਕਾਊਂਟਰ ਲੱਗਿਆ ਹੁੰਦਾ, ਉੱਥੇ ਜਾ ਕੇ ਉਹਨਾਂ ਨੂੰ ਕਹਿਣਾ ਹੈਗਾ ਮੇਰੀ ਅਪੁਆਇੰਟਮੈਂਟ ਅੱਜ ਦੀ, ਅਤੇ ਉਹ ਤੁਹਾਡੀ ਅਪੁਆਇੰਟਮੈਂਟ ਵੇਖ ਕੇ ਦੱਸ ਦੇਣਗੇ, ਅਤੇ ਤੁਹਾਡੇ ਤੋਂ ਇੱਕ ਫੋਟੋ ਕਾਪੀ ਮੰਗਣਗੇ ਪਾਸਪੋਰਟ ਦੀ। ਪਾਸਪੋਰਟ ਦੀ ਫੋਟੋ ਕਾਪੀ ਮੰਗਣ ਤੋਂ ਬਾਅਦ ਉੱਥੇ ਉਹ ਨੋਟ ਕਰਨਗੇ ਹਾਈਟ, ਵੇਟ, ਅਤੇ ਤੁਹਾਡਾ ਇੱਕ ਹੋਰ ਚੀਜ਼ ਹੁੰਦੀ ਆ, ਉਹ ਮੈਨੂੰ ਯਾਦ ਨਹੀਂ ਕੀ ਲਿਖਿਆ ਸੀ ਉਹਨਾਂ ਨੇ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਜ਼ਰ ਕੀਤਾ ਤਾਂ ਤੁਹਾਨੂੰ ਉਹ ਭੇਜ ਦੇਣਗੇ ਵੀਜ਼ਾ ਡੈਸਕ। ਵੀਜ਼ਾ ਡੈਸਕ 'ਤੇ ਜਾਣਾ ਹੁੰਦਾ, ਉੱਥੇ ਆਫਿਸਰ ਬੈਠੇ ਹੁੰਦੇ ਆ, ਸਟਾਫ ਬੈਠਾ ਹੁੰਦਾ, ਉਹਨਾਂ ਨੂੰ ਜਾ ਕੇ ਕਹਿਣਾ ਹੁੰਦਾ ਕਿ ਮੇਰਾ ਮੈਡੀਕਲ ਹੈ, ਅਤੇ ਉਹ ਤੁਹਾਨੂੰ ਇੱਕ ਬੈਂਡ ਦੇ ਦੇਣਗੇ, ਬੈਂਡ ਲੱਗ ਜਾਊਗਾ ਤੁਹਾਡੇ ਗੁੱਟ ਦੇ ਉੱਤੇ, ਇੱਥੇ ਲਾ ਦੇਣਗੇ ਬੈਂਡ, ਅਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਸਲਿੱਪ ਦੇਣਗੇ ਮੈਡੀਕਲ ਦੇ ਵਾਸਤੇ ਫੀਸ ਪੇ ਕੀਤੀ ਹੋਊ, ਉਹਦੀ ਸਲਿੱਪ ਹੋਊਗੀ। ਅਤੇ ਉੱਥੇ ਬਣੇ ਹੁੰਦੇ ਆ ਜੀ 4 ਕਾਊਂਟਰ, ਮੇਰੇ ਹਿਸਾਬ ਨਾਲ ਉੱਥੇ ਬਣੇ ਸੀ ਜੀ ਨਿਊਜ਼ੀਲੈਂਡ, ਕੈਨੇਡਾ, UK, ਅਤੇ ਇੱਕ ਸੀ ਆਸਟ੍ਰੇਲੀਆ ਵਾਸਤੇ। ਜਿਹੜੀ ਕੰਟਰੀ ਨੂੰ ਆਪਾਂ ਜਾਣਾ ਹੈਗਾ ਉੱਥੇ ਜਾ ਕੇ ਰੱਖ ਦੇਣਾ ਉਹ ਜਿਹੜੀ ਸਲਿੱਪ ਹੁੰਦੀ ਆ ਆਪਣੀ। ਮੈਂ ਆਪਣੀ ਸਲਿੱਪ ਕੈਨੇਡਾ ਦੇ ਕਾਊਂਟਰ 'ਤੇ ਰੱਖ ਦਿੱਤੀ, 1.5 ਘੰਟੇ ਬਾਅਦ ਮੈਨੂੰ ਕਾਲ ਆਈ ਸੀ, ਉਹਨਾਂ ਨੇ ਮੈਨੂੰ ਬੁਲਾਇਆ, ਅਤੇ ਫਿਰ ਉੱਥੇ 2 ਡਾਕੂਮੈਂਟਸ ਦਿੱਤੇ, ਉਹਨਾਂ ਨੇ ਸਾਈਨ ਕਰਨਾ ਸੀ, ਸਾਈਨ ਕਰਕੇ ਫਿਰ ਮੈਨੂੰ ਉਹਨਾਂ ਨੇ ਅੱਗੇ ਭੇਜ ਦਿੱਤਾ। ਕਹਿੰਦੇ ਆਹ ਮੈਡੀਕਲ ਚਾਹੀਦੇ ਸੀਗੇ, ਮਤਲਬ ਕਿ ਆਈ ਟੈਸਟ ਸੀਗਾ, ਅਤੇ ਬਲੱਡ ਅਤੇ ਯੂਰਿਨ ਟੈਸਟ ਸੀ, ਅਤੇ ਇੱਕ ਸੀਗਾ ਜੀ ਐਕਸਰੇ, ਚੈਸਟ ਐਕਸਰੇ ਸੀ। ਅਤੇ ਮੈਂ ਸਾਰੇ ਕਰਵਾਉਣ ਚਲਾ ਗਿਆ। ਜਦੋਂ ਮੈਂ ਕਰਵਾਉਣ ਗਿਆ, ਸਭ ਤੋਂ ਪਹਿਲਾਂ ਆਈ ਟੈਸਟ ਹੋਇਆ, ਉਹਨਾਂ ਨੇ ਇੱਕ ਅੱਖ ਬੰਦ ਕਰਾ ਲਈ ਪਹਿਲਾਂ, ਅਤੇ ਫਿਰ ਦੂਜੀ ਅੱਖ ਬੰਦ ਕਰਾ ਲਈ, ਅਤੇ ਮੈਂ ਸਾਰੇ ਅੱਖਰ ਪੜ੍ਹ ਦਿੱਤੇ। ਬਲੱਡ ਅਤੇ ਯੂਰਿਨ ਟੈਸਟ, ਬਲੱਡ ਅਤੇ ਯੂਰਿਨ ਟੈਸਟ ਸਿੰਪਲ ਹੁੰਦਾ, ਜਿਵੇਂ ਆਪਾਂ ਲੈਬੋਰਟਰੀ 'ਚ ਕਰਵਾਉਂਦੇ ਹਾਂ ਉਸ ਹਿਸਾਬ ਨਾਲ ਉੱਥੇ ਹੁੰਦਾ। ਅੱਧੇ 1.5 ਘੰਟੇ ਬਾਅਦ ਉਹਦੀਆਂ ਰਿਪੋਰਟਸ ਆਈਆਂ। ਰਿਪੋਰਟਸ ਆਪਾਂ ਨੂੰ ਨਹੀਂ ਮਿਲਦੀਆਂ, ਰਿਪੋਰਟਸ ਦੀ ਉਹ ਆਪ ਹੀ ਰੱਖਦੇ ਆ, ਬਸ ਉਹਨਾਂ ਨੇ ਨਾਮ ਜਾਂ ਵਗੈਰਾ, ਮਤਲਬ ਕਿ ਰੈਫਰੈਂਸ ਨੰਬਰ ਉਹਨਾਂ ਨੇ ਲੈਣਾ ਹੁੰਦਾ, ਅਤੇ ਉਸ ਹਿਸਾਬ ਨਾਲ ਫਿਰ ਉਹ ਅੱਗੇ ਪੋਸਟ ਕਰ ਦਿੰਦੇ ਆ। ਅਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਜੀ ਚੈਸਟ ਐਕਸਰੇ ਦੀ। ਚੈਸਟ ਐਕਸਰੇ ਹੁੰਦਾ ਹੈਗਾ, ਅਤੇ ਲਾਈਨ 'ਚ ਲੱਗਣਾ ਪੈਂਦਾ ਉਹਦੇ ਲਈ, ਫਿਰ ਤੁਹਾਨੂੰ ਉਹ ਤੁਹਾਡੇ ਡਾਕੂਮੈਂਟਸ ਵੇਖਦੇ ਆ, ਪਾਸਪੋਰਟ ਮੰਗਦੇ ਆ, ਅਤੇ ਤੁਹਾਡੀ ਜਿਹੜੀ ਸਲਿੱਪ ਦਿੱਤੀ ਹੁੰਦੀ ਆ ਤੁਹਾਨੂੰ ਵੀਜ਼ਾ ਡੈਸਕ ਤੋਂ, ਉਹ ਮੰਗਦੇ ਆ, ਉਹ ਦਿਖਾ ਕੇ ਤੁਸੀਂ ਤਾਂ ਰਾਬਤਾ ਕਰਵਾ ਲੈਣਾ। ਜਦੋਂ ਚੈਸਟ ਐਕਸਰੇ ਹੁੰਦਾ ਉਹ 'ਚ ਤੁਹਾਨੂੰ ਕੁੜਤੇ ਜਿਹੇ ਪਵਾ ਦਿੱਤੇ ਜਾਂਦੇ ਆ ਯੈਲੋ ਕਲਰ ਦੇ, ਅਤੇ ਤੁਹਾਡੇ ਸਾਰੇ ਅਪਰ ਬਾਡੀ ਦੇ ਜਿਹੜੇ ਵੀ ਤੁਸੀਂ ਕੱਪੜੇ ਪਾਏ ਹੋਏ ਆ ਉਹ ਲਵਾ ਦਿੰਦੇ ਆ, ਤੁਹਾਡਾ ਚੈਸਟ ਐਕਸਰੇ ਹੋ ਗਿਆ। ਉਸ ਤੋਂ ਬਾਅਦ ਫਿਰ ਜਦੋਂ ਚੈਸਟ ਐਕਸਰੇ ਕਰਵਾ ਕੇ ਫਿਰ ਤੁਹਾਨੂੰ ਉਹ ਕਹਿੰਦੇ ਆ ਵੀ ਜਿਹੜੇ ਡਾਕਟਰ ਦੀ ਲਾਸਟ ਅਪੁਆਇੰਟਮੈਂਟ ਹੁੰਦੀ ਆ, ਲਾਸਟ ਜਿਹੜਾ ਕੰਮ ਕਰਨਾ ਹੁੰਦਾ ਡਾਕਟਰ ਕੋਲ ਜਾਣਾ ਹੁੰਦਾ। ਡਾਕਟਰ ਤੁਹਾਡੇ ਬਾਰੇ ਪੁੱਛਦਾ ਤੁਹਾਨੂੰ ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਸੀ, ਕੋਈ ਦਵਾਈ ਖਾਂਦੇ ਹੋ, ਕੋਈ ਓਪਰੇਸ਼ਨ ਹੋਇਆ ਹੋਵੇ ਜਾਂ ਕੋਈ ਐਕਸੀਡੈਂਟ ਹੋਇਆ ਹੋਵੇ। ਉਹ ਪੂਰਾ ਧਿਆਨ ਨਾਲ ਚੈੱਕ ਕਰਦੇ ਆ, ਅਪਰ ਬਾਡੀ ਦੇ ਜਿਹੜੇ ਤੁਸੀਂ ਪਾਇਆ ਹੁੰਦਾ ਕੱਪੜੇ ਪਾਏ ਹੁੰਦੇ ਆ ਉਹ ਲਵਾ ਦਿੰਦੇ ਆ, ਕੱਪੜੇ ਲਵਾ ਕੇ ਅਤੇ ਜਿਹੜੀ ਤੁਹਾਡੀ ਪੈਂਟ ਹੁੰਦੀ ਆ ਉਹ ਗੋਡਿਆਂ ਤੱਕ ਕਰਵਾ ਲੈਂਦੇ ਆ।
मैं थोड़ा सुजैसट करना चाहूँगा कि तुम जीन ना पा के जायो, क्योंकि मैं बहुत औखा हो मैं जीन पा के गया से, मैं बहुत औखी चढ़ाई से आपकी जीन गोडिया तक। सो मैं थोड़ा सारे यही सुजैसट करता कि फॉर्मल पेंट पा जाओ या कोई लोअर पा जाओ जिस तुम कंफर्टेबल हो। तो थोड़ा मैं दसना चाहवा कि मैं 9:30 बजे एंटर होया 3 बजे बाहर निकलिया जी, यानी 2:30 बजे होने हैं, क्योंकि उत्थे भीड़ बहुत ज़्यादा सी, घबराने की कोई लोड़ नहीं होंगी, उत्थे बहुत ही सिंपल प्रोसीजर होंदा। तो एवें कोई कह दिंदा कि थोड़े सारे कपड़े लवाउणगे, थोड़ू ऐ करनगे जां करनगे, थोड़ा कल्ला उत्थे चैस्ट का एक्सरे होंदा हैगा जदों कपड़े लवाउंदे आ, ते एक डॉक्टर वेले। एंड ते मैं थोड़ा एक चीज़ दसनी भुल गया कि जदों काम हो जाता है सारा डॉक्टर को जा वड़दे आ, डॉक्टर थोड़ा एक ई मेडिकल रिसिप्ट दिंदा, एक वो साइन करके आपके को रख लेंगे डॉक्टर, तो एक थोनू पढ़ा देंगे। वो जी ई मेडिकल रिसिप्ट होंगी वो तुम अपनी फाइल चलानी होंगी है, भावें तुम ऑनलाइन लाओ या ऑफलाइन। सो आह सी जी कैनेडा का प्रोसैस। मैं एक होर वीडियो इतने लिया वाला जो कि उन्होंने बहुत इंपोर्टेंट होगी, जिन्होंने फर्दरेंस रिक्वेस्ट लैटर आँगी है। मैंने भी फर्दरेंस रिक्वेस्ट लैटर आई थी क्योंकि मेरे मेडिकल से थोड़ी जी प्रॉब्लम थी। कई एप्लीकेंट्स में यह भी बहुत प्रॉब्लम होंगी है कि जी आपको अपॉइंटमेंट की रिसिप्ट आई होंगी है मेल से, जी तुम ईमेल आई डी से भरते हैं उसे मेल आ जाती होंगी है कि थोड़ी अपॉइंटमेंट बुक होगी, कन्फर्मेशन आ जाती है कि वो लेनी जरूरी होंगी है। जितों तक मेरा एक्सपीरियंस आ कि मैं लैके नहीं गया, जी मैं मेल आई थी प्रिंट आउट कढ़वा के मैं सीधे चला गया, बस उन्होंने उत्थे जाके मेरा नाम चैक किया, पासपोर्ट वेख्या, बस उन्होंने अंदर इन करता, लैट इन करता। तो घबराने की कोई जरूरत नहीं, थोड़ा कोई जरूरत नहीं, जो तुम भुल भी जाओ अपना कन्फर्मेशन वैसे आपके को रखियो, जे प्रिंट आउट कढ़वा ही लियो ता जो कोई प्रॉब्लम ना आए थोड़ा बाद। सो जो थोड़ा वीडियो वधिया लगी हो चैनल जरूर सबसक्राइब करो, मैं वीडियोज़ वेखन बैल का आइकन जरूर प्रेस करो, तो मैं कमेंट करके जरूर दस्यो कि वीडियो कहो जी लगी। तो धन्यवाद।